ਦੁਨੀਆ ਦੇ ਕਿਸੇ ਵੀ ਦੇਸ਼ ਦੀ ਮਜ਼ਬੂਤੀ ਉਥੋਂ ਦੀ ਫੌਜ ਦੇ ਸਰ ਤੇ ਨਿਰਭਰ ਕਰਦੀ ਆ ਜਿਹੜੇ ਦੇਸ਼ ਦੀ ਫੌਜ ਖੁਸ਼ਹਾਲ ਆ ਰੱਜੀ ਪੁੱਜੀ ਆ ਉਸ ਦੇਸ਼ ਦੀ ਸਰਹੱਦ ਵੱਲ ਕੋਈ ਨਿੰਗਾ ਚੱਕੇ ਵੀ ਨਹੀਂ ਦੇਖ ਸਕਦਾ ਮੈਂ ਇਸ ਟਾਈਮ ਬਰਨਾਲਾ ਜ਼ਿਲ੍ਹੇ ਦੇ ਦਾਨਗੜ ਪਿੰਡ ਦੇ ਵਿੱਚ ਬੈਠਾ ਆ ਇੱਥੇ ਮੇਰੇ ਨਾਲ ਇੱਕ ਸਾਫਕਾ ਫੌਜੀ ਜੁੜੇ ਹੋਏ ਨੇ ਜਿਨ੍ਹਾਂ ਨੇ ਪਿਛਲੇ ਦਿਨੀ ਇੱਕ ਆਰਟੀਕਲ ਲਿਖਿਆ ਸੀ ਉਸ ਆਰਟੀਕਲ ਦੇ ਵਿੱਚ ਇਹਨਾਂ ਨੇ ਆਪਣੇ ਕੁਝ ਦੁੱਖ ਫਰੋਲੇ ਸੀ ਸਾਫਕਾ ਫੌਜੀਆਂ ਦੇ ਉਹ ਦੁੱਖ ਕੀ ਸਨ ਕੀ ਲੋਡ ਪੈ ਗਈ ਇਹਨਾਂ ਨੂੰ ਆਰਟੀਕਲ ਲਿਖਣ ਦੀ ਆਪਾਂ ਇਹਨਾਂ ਤੋਂ ਸਾਰਾ ਕੁਝ ਜਾਣਦੇ ਆ ਜਿੱਥੇ ਜੀ ਸਵਾਗਤ ਹੈ ਤੁਹਾਡਾ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਆਰਟੀਕਲ ਲਿਖਣ ਦੀ ਕੀ ਲੋਡ ਪੈ ਗਈ ਸੀ ਜੀ ਕੀ ਉਹਦੇ ਵਿੱਚ ਲਿਖਿਆ ਹੋਇਆ ਸੀ ਆਰਟੀਕਲ ਲਿਖਣ ਦੀ ਮੈਨੂੰ ਲੋਡ ਇਸ ਕਰਕੇ ਪਈ ਆ ਵੀ ਇਹ ਸਾਡਾ ਜੋ 1 ਜਨਵਰੀ ਤੋਂ ਡੀਏ ਦਿੱਤਾ ਸੀ 4% ਉਹ ਐਸ ਪੇ ਦੇ ਨਾਲ ਸਾਨੂੰ ਉਹਦਾ ਬਕਾਇਆ ਵਿੱਦ ਪੈਣਾ ਸੀਗਾ ਅਸੀਂ ਆਸ ਲਾਈ ਬੈਠੇ ਸੀਗੇ ਵੀ ਕੁਝ ਕਣਕ ਵਗੈਰਾ ਖਰੀਦਾਂਗੇ ਕਿਉਂ ਜਿੰਨੇ ਫੌਜੀ ਨੌਜਵਾਨ ਨੇ ਸਾਰੇ ਲੋਵ ਵਰਗ ਚੋਂ ਆਉਂਦੇ ਨੇਗੇ ਕਿਉਂਕਿ ਇਹਨਾਂ ਨੂੰ ਪਹਿਲਾਂ ਹੀ ਘਰੋਂ ਸਮੱਸਿਆਵਾਂ ਹੁੰਦੀਆਂ ਨੇ ਇਹ ਆਪਣੀ ਸਮੱਸਿਆ ਦਾ ਹੱਲ ਕਰਨ ਲਈ ਆਰਮੀ 'ਚ ਜਾਂਦੇ ਨੇ ਆਰਮੀ ਦੇ ਵਿੱਚ ਜਦੋਂ ਇਹ ਆਪਣੀ ਇஷ்ட ਦੀ ਧਰਮ ਸੌਂ ਚੱਕਦੇ ਨੇ ਉਹਦੇ ਵਿੱਚ ਇਹ ਨਿਰਣਾ ਕਰ ਲੈਂਦੇ ਨੇ ਵੀ ਦੇਸ਼ ਲਈ ਮਰ ਮਿਟਾਂਗੇ ਉਹਦੇ ਵਿੱਚ ਸਾਨੂੰ ਕਸਮ ਖਵਾਈ ਜਾਂਦੀ ਆ ਵੀ ਅੱਗੇ ਦੇ ਰਸਤੇ ਪਾਣੀ ਦੇ ਰਸਤੇ ਹਵਾ ਦੇ ਰਸਤੇ ਜਾਵਾਂਗੇ ਅਸੀਂ ਉਹ ਕਸਮ ਨੂੰ ਨਿਭਾਉਂਦੇ ਹੋਏ ਜਿਹੜਾ ਸਾਡਾ ਭਾਰਤ ਦੇਸ਼ ਹੈ ਇਹ ਸੱਤ ਬਾਡਰਾਂ ਦੇ ਵਿੱਚ ਘਿਰਿਆ ਹੋਇਆ ਹੈ ਇਹਦਾ ਜੋ ਅਹਿਮ ਬਾਰਡਰ ਹੈ ਉਹ ਗਲੇਸ਼ੀਅਰ ਗਲੇਸ਼ੀਅਰ 65 ਕਿਲੋਮੀਟਰ ਦੇ ਏਰੀਏ ਦੇ ਵਿੱਚ ਫੈਲਿਆ ਹੋਇਆ ਉਸ ਗਲੇਸ਼ੀਅਰ ਦੇ ਵਿੱਚ ਦਾਸ ਨੂੰ 1993 ਦੇ ਵਿੱਚ ਰਹਿਣ ਦਾ ਮੌਕਾ ਮਿਲਿਆ ਜਿਹੜਾ ਉੱਥੋਂ ਦਾ ਮਾਈਨਸ ਡਿਗਰੀ ਤਾਪਮਾਨ ਹੈ ਉਹ 48 ਡਿਗਰੀ ਹੈ ਉੱਥੇ ਤਕਰੀਬਨ ਜਿਹੜੇ ਆਲੂ ਚਾਹੇ ਉਹ ਕਿਸੇ ਤਰ੍ਹਾਂ ਦੀ ਸਬਜੀ ਹੈ ਜਾਂ ਹੋਰ ਆਸਣ ਨੇ ਉਹ ਜਿਹੜੇ ਬਰਫ਼ ਦਾ ਰੂਪ ਧਾਰਨ ਕਰ ਲੈਂਦੇ ਨੇ ਜੇਸੀ ਲਾਈਏ ਤਾਂ ਉਹ ਜਿਹੜੀ ਧਰਤੀ ਹੈ برف ਦਾ ਰੂਪ ਧਾਰਨ ਕਰੀ ਬੈਠੀ ਹੈ ਇੱਕ ਫੌਜੀ ਨੌਜਵਾਨ ਜਿਹੜਾ ਉੱਥੇ ਤਕਰੀਬਨ 100 ਦਿਨ ਰਹਿੰਦਾ ਹੈ 100 ਦਿਨ ਦੇ ਵਿੱਚ ਉਹ ਨਾ ਨਾ ਹੁੰਦਾ ਨਾ ਉਹ ਮਤਲਬ ਵਰਦੀ ਲਾਉਂਦਾ ਉਹ ਵਰਦੀ ਦੇ ਵਿੱਚ ਹੀ ਰਹਿੰਦਾ ਹੈ ਇਸ ਤਰ੍ਹਾਂ ਦੀ برف ਦੇ ਵਿੱਚ ਰਹਿਣਾ ਬਹੁਤ ਔਖੀ ਗੱਲ ਹੈ ਇਹ ਸਿਰਫ ਦੇਸ਼ ਦੀ ਖਾਦੀ ਹੋਈ ਕਸਮ ਨਵਾਉਣ ਵਾਸਤੇ ਅਸੀਂ ਗਲੇਸ਼ੀਅਰ ਦੇ ਵਿੱਚ ਰਹਿਨੇ ਆ 100 ਦਿਨ ਨਾ ਨਾਉਣੇ ਆ ਆਕਸੀਜਨ ਬਿਲਕੁਲ ਨਹੀਂ ਹੈ ਜੋ ਸਮੁੰਦਰ ਤਲ ਤੋਂ ਦੀ ਹੈਟ ਹੈ ਉਚਾਈ ਉਹ ਸਾਡੇ 18000 ਫੁੱਟ ਹੈਗੀ ਐ ਆਕਸੀਜਨ ਨਹੀਂ ਕੋਈ ਬਨਾਸਪਤੀ ਨਹੀਂ ਕੋਈ ਜਾਨਵਰ ਨਹੀਂ ਪੂਰੀ ਧਰਤੀ ਹੈ ਜਿਹੜੀ ਬਰਫ਼ ਦੀ ਹੈ ਬਲਾਂਚ ਆਉਂਦੇ ਨੇ ਉੱਥੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਨੇ ਜਿਵੇਂ ਹੱਪੋ ਹੈਕੋ ਇੰਨੀ ਜਿੰਨੇ ਤੁਸੀਂ ਦੱਸ ਰਹੇ ਹੋ ਇੰਨੀਆਂ ਮੁਸ਼ਕਲਾਂ ਦੇ ਟਾਫ ਤੁਸੀਂ ਡਿਊਟੀ ਕਰ ਰਹੇ ਹੋ ਫਿਰ ਵੀ ਤੁਹਾਨੂੰ ਕੀ ਮੁਸ਼ਕਲ ਆ ਗਈ ਹੈ ਮੈਂ ਚੰਗਾ ਤੁਸੀਂ ਉਹ ਦੱਸੋ ਜੀ ਮੁਸ਼ਕਲ ਕੀ ਤੁਹਾਡੀ ਉਹ ਮੁਸ਼ਕਲਾ ਸਾਨੂੰ ਇਸ ਕਰਕੇ ਆਈ ਵੀ ਜਿਹੜਾ ਜੇ ਸਾਡਾ ਡੀਏ ਕੱਟਿਆ 4% ਉਸ ਡੀਏ ਸਾਨੂੰ ਕੱਟਣ ਦਾ ਕੋਈ ਦੁੱਖ ਨਹੀਂ 4% ਤੁਸੀਂ ਕਹਿੰਦੇ ਹੋ ਡੀਏ ਕੱਟਿਆ ਜੀ ਮੰਨ ਲਓ ਜੇ ਤੁਸੀਂ ਤੁਹਾਡੀ ਇੱਕ ਜਣੇ ਦੀ ਜਿਹੜੀ 4% ਕੱਟਣ ਦੇ ਨਾਲ ਕਿੰਨਾ ਕੁ ਫਰਕ ਪੈਂਦਾ ਇੱਕ ਬੰਦੇ ਦਾ ਉਹ ਸਿਪਾਈ ਤੋਂ ਜਿਹੜਾ ਮਤਲਬ ਉਹ ਆਰ ਰੈਂਕ ਕਹਿੰਦੇ ਆ ਅਸੀਂ ਉਹ ਆਰ ਰੈਂਕ ਦਾ ਤਕਰੀਬਨ 1000 ਰੁਪਿਆ ਕੱਟਿਆ ਗਿਆ ਅੱਛਾ ਜੀ ਅੱਗੇ ਫੇਰ ਉਹ ਜੁਲਾਈ ਦੇ ਵਿੱਚ ਵਧਣਾ ਸੀ 1000 ਉਹਦੇ ਨਾਲ ਕੱਟਿਆ ਜਾਊਗਾ ਫੇਰ ਅੱਗੇ ਜਨਵਰੀ ਦੇ ਵਿੱਚ ਸਾਡਾ ਡੀਏ ਵਧਣਾ ਸੀ 1000 ਇਹ ਟੋਟਲ 3000 ਜਿਹੜਾ ਕੱਟਿਆ ਗਿਆ ਇਹਦੇ ਨਾਲ ਸਾਡਾ ਘੱਟੋ-ਘੱਟ ਵੀ ਜੋ ਸਾਡੇ ਤੇ ਅਸਰ ਪੈਂਦਾ ਮਾਰੂ ਅਸਰ ਸਾਡੀ 60 ਤੋਂ 70000 ਰੁਪਏ ਇੱਕ ਲੋਵਰਗ ਸਪਾਈ ਦੀ ਹੈ ਜਿਹੜੀ ਪੈਨਸ਼ਨ ਕੱਟੀ ਜਾਣੀ ਹੈ ਤੇ ਇੰਨੀ ਜੇ ਕਰ ਸਾਡੀ ਪੈਨਸ਼ਨ ਕੱਟੀ ਹੈ 60 70000 ਤਾਂ ਅਸੀਂ ਗਵਰਨਮੈਂਟ ਤੋਂ ਪੁੱਛਣਾ ਚਾਹੁੰਦੇ ਆਂ ਵੀ ਜੋ ਸਾਡੇ ਐਮ.ਐਲ.ਏ. ਐਮ.ਪੀ ਬਣਦੇ ਨੇ ਉਹ ਰਾਜ ਨਹੀਂ ਸੇਵਾ ਦਾ ਹੋਕਾ ਦੇ ਕੇ ਆਉਂਦੇ ਨੇ ਔਰ ਉਹ ਸੇਵਾ ਦੇ ਨਾਂ ਤੇ ਜਿਹੜੀਆਂ ਮਤਲਬ ਇਦਾਂ ਦੀਆਂ ਪੈਨਸ਼ਨਾਂ ਜਾਂ ਏਡੇ ਪੱਤੇ ਲੈਂਦੇ ਨੇ ਉਹਨਾਂ ਦੇ ਜਿਹੜੇ ਇਲਾਜ ਨੇ ਉਹ ਵੀ بڑے بڑے ਹਸਪਤਾਲਾਂ ਦੇ ਵਿੱਚ ਹੁੰਦੇ ਨੇ ਉਹਨਾਂ ਦਾ ਜਿਹੜਾ ਖਰਚਾ ਕਰੋੜਾ ਰੁਪਏ ਆਉਂਦਾ ਉਹ ਖਰਚਾ ਵੀ ਜਿਹੜਾ ਲੋਕਾਂ ਦਾ ਜਿਹੜਾ ਗਿਆ ਹੁੰਦਾ ਆਪਣਾ ਟੈਕਸ ਟੈਕਸ ਉਹਦੇ ਵਿੱਚੋਂ ਜਿਹੜੇ ਉਹਨਾਂ ਦੇ ਇਲਾਜ ਕਰਾਈ ਜਾਂਦੇ ਨੇ ਤੇ ਉਹਨਾਂ ਨੂੰ ਜਿਹੜੀ ਇੱਕ ਤੋਂ ਵੱਧ ਪੈਨਸ਼ਨਾਂ ਦਿੱਤੀਆਂ ਜਾਂਦੀਆਂ ਨੇ ਜੋ ਕਿ ਸੰਵਿਧਾਨ ਦੇ ਬਿਲਕੁਲ ਉਲਟ ਨੇ ਨਾ ਇਹਨਾਂ ਨੂੰ ਪੈਨਸ਼ਨ ਅਸੀਂ ਲਾਗੂ ਜਾਂ ਨਾ ਲਾਗੂ ਦੀ ਗੱਲ ਨਹੀਂ ਕਰਦੇ ਅਸੀਂ ਤੁਲਨਾ ਕਰਦੇ ਹਾਂ ਵੀ ਇੱਕ ਜਿਹੜਾ ਸਿਪਾਈ ਹੈ ਫੌਜ ਦੇ ਵਿੱਚੋਂ ਆਉਂਦਾ ਉਹ ਤਕਰੀਬਨ 15 ਸਾਲ ਤੋਂ 17 ਸਾਲ ਦੇ ਵਿੱਚ ਰਿਟਾਇਰ ਹੋ ਜਾਂਦਾ 34-35 ਸਾਲ ਦੀ ਉਮਰ ਦੇ ਵਿੱਚ ਹੋਰ ਬੇਰੁਜ਼ਗਾਰ ਹੋ ਜਾਂਦਾ ਜੇਕਰ ਇਹ ਕਸਮ ਚਾਹ ਕੇ ਇੱਕ ਦਿਨ ਵੀ ਐਮਪੀ ਜਾਂ ਐਮਐਲਏ ਰਹੇ ਜਾਂਦੇ ਨੇ ਤਾਂ ਇਹਨਾਂ ਨੂੰ ਜਿਹੜੀ 80 ਤੋਂ 85000 ਪੈਨਸ਼ਨ ਮਿਲਦੀ ਹੈ ਔਰ ਇੱਕ ਤੋਂ ਵੱਧ ਜਿੰਨੇ ਵਾਰੀ ਇਹ ਐਮਐਲਏ ਬਣਦੇ ਨੇ ਵਾਰ-ਵਾਰ ਇਹਨਾਂ ਨੂੰ ਪੈਨਸ਼ਨ ਮਿਲਦੀ ਹੈ ਅਸੀਂ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਸਿਰਫ ਇੱਕ ਪੈਨਸ਼ਨ ਦੇਣੀ ਚਾਹੀਦੀ ਹੈ ਬਾਕੀ ਪੈਨਸ਼ਨਾਂ ਕੱਟ ਕੇ ਜੋ ਸਾਡੇ ਕਰੋਨਾ ਮਹਾਮਾਰੀ ਫੈਲੀ ਹੋਈ ਹੈ ਅਸੀਂ ਮੰਨਦੇ ਆਂ ਵੀ ਦੇਸ਼ ਨੂੰ ਪੈਸੇ ਦੀ ਲੋੜ ਹੈ ਪਰ ਇਹ ਬਾਧੂ ਦਾ ਬੋਝ ਆ ਜਿਹੜਾ ਖਜ਼ਾਨੇ ਤੇ ਪੈ ਰਿਹਾ ਹੈ ਇਹਨਾਂ ਦਾ ਕੱਟ ਕੇ ਉਹ ਲੋਡ ਬੰਦਾ ਤੱਕ ਪਹੁੰਚਾਇਆ ਜਾਵੇ ਅਤੇ ਗਵਰਨਮੈਂਟ ਵੀ ਜੋ ਹੁਣ ਤੱਕ ਗਵਰਨਮੈਂਟ ਨੇ ਕੀਤਾ ਉਹ ਵੀ ਸਾਨੂੰ ਪਤਾ ਲੱਗੇ ਵੀ ਗਵਰਨਮੈਂਟ ਨੇ ਲੋਹ ਵਰਗ ਤੱਕ ਕੀ ਭੇਜਿਆ ਤਾਂ ਉਹਦਾ ਵੀ ਕੋਈ ਸਾਨੂੰ ਪਤਾ ਨਹੀਂ ਲੱਗ ਰਿਹਾ ਇਹ ਵੀ ਸਾਨੂੰ ਚਾਣਨ ਹੋਣਾ ਚਾਹੀਦਾ ਵੀ ਜੋ ਗਵਰਨਮੈਂਟ ਦਿੰਦੀ ਹੈ ਰਾਸ਼ਨ ਜਾਂ ਭੇਜਦੀ ਹੈ ਉਹ ਤਕਰੀਬਨ ਮੇਰਾ ਖਿਆਲ ਹੈ ਮੈਂ ਵੀ ਪਿੰਡ ਦਾਨਗੜ੍ਹ ਦੇ ਵਿੱਚ ਬੈਠਾ ਹਾਂ ਉਹ ਆਪਣੇ ਆਨੂੰ ਦੇ ਦਿੰਦੇ ਨੇ ਇਹਦੇ ਵਿੱਚ ਇਹ ਈਰਖਾ ਵੀ ਰੱਖਣਾ ਨਹੀਂ ਚਾਹੀਦਾ ਸਰਕਾਰਾਂ ਨੂੰ ਇਹ ਮਹਾਮਾਰੀ ਦੇ ਕਸ਼ਟ ਦੇ ਵਿੱਚ ਸਾਰੇ ਨੇ ਇਹ ਰਾਸਣਾ ਜਿਹੜਾ ਬਿਨਾਂ ਵੇਦ ਭਾਵ ਤੋਂ ਵੰਡਣਾ ਚਾਹੀਦਾ ਇਹਨਾਂ ਨੇ ਜੀ ਜਿਹੜੀ ਮੇਨ ਹੈਮ ਗੱਲ ਕੀਤੀ ਆ ਕਿ ਜਿਹੜੇ ਫੌਜੀ ਜਾਂਦੇ ਨੇ ਫੌਜ ਵਿੱਚ ਭਰਤੀ ਹੁੰਦੇ ਨੇ ਉਹ ਜ਼ਿਆਦਾਤਰ ਉਹਨਾਂ ਦੇ ਵਿੱਚ ਜਿਹੜੇ ਹੁੰਦੇ ਨੇ ਉਹ ਸਰਦੇ ਪਰਿਵਾਰਾਂ ਚੋਂ ਹੁੰਦੇ ਨੇ ਜਿਹੜੇ ਲੋੜਵੰਦ ਪਰਿਵਾਰ ਹੁੰਦੇ ਨੇ ਤੇ ਉਸ ਤੋਂ ਬਾਅਦ 15-20 ਸਾਲ ਆਪਣੇ ਫੌਜ ਦੇ ਵਿੱਚ ਲਾ ਕੇ ਜਦੋਂ ਘਰ ਆਉਂਦੇ ਨੇ ਪਹਿਲੀ ਗੱਲ ਤਾਂ ਕੋਈ ਗਰੰਟੀ ਨਹੀਂ ਹੁੰਦੀ ਕਿ ਪੈਨਸ਼ਨ ਲੈਣ ਲਈ ਬੰਦਾ ਜਿਉਂਦਾ ਰਹੂਗਾ ਕਿ ਨਹੀਂ ਰਹੂਗਾ ਜੇ ਪੈਨਸ਼ਨ ਲੈ ਕੇ ਆ ਵੀ ਗਿਆ ਬੇਰੋਜ਼ਗਾਰ ਹੋ ਗਿਆ ਤਾਂ ਉਹਦੇ ਪੈਨਸ਼ਨ ਦੇ ਵਿੱਚੋਂ ਵੀ ਜਿਹੜੇ ਨੇ ਬੰਦੇ ਦੇ ਪੱਤੇ ਨੇ ਉਹ ਵੀ ਕੱਟ ਲੈਣਾ ਇਹ ਕਿਤੇ ਨਾ ਕਿਤੇ ਫੌਜੀਆ ਦਾ ਜ ਆਹ ਉਹਦੇ ਵਿੱਚ ਕਿਤਨੇ ਕਿਤੇ ਇਹ ਕਟੌਤੀ ਕਰਦਾ ਹੈ ਦੂਜਾ ਇਹਨਾਂ ਨੇ ਹਮ ਸਵਾਲ ਇਹ ਵੀ ਚੱਕਿਆ ਆ ਕਿ ਜਿਹੜੇ ਐਮਪੀ ਐਮਐਲਏ ਨੇ ਉਹ 4-4 5-5 ਪੈਨਸ਼ਨਾਂ ਲੈ ਰਹੇ ਨੇ ਸਰਕਾਰ ਉਹਨਾਂ ਦੇ ਵਿੱਚੋਂ ਗੋਣੀ ਕੱਟ ਰਹੀ ਇਹ ਸਵਾਲ ਜਿਹੜਾ ਆ ਮੈਂ ਜਨਤਾ ਦੇ ਲਈ ਵੀ ਹੈ ਲੀਡਰਾਂ ਦੇ ਲਈ ਵੀ ਹੈ ਤੁਹਾਨੂੰ ਵੀ ਅਸੀਂ ਬੇਨਤੀ ਕਰਾਂਗੇ ਤੇ ਵੀਡੀਓ ਨੂੰ ਜਿਹੜਾ ਵੱਤ ਵਾ ਤੁਸੀਂ ਅੱਗੇ ਸ਼ੇਅਰ ਕਰੋ ਤਾਂ ਕਿ ਤੁਹਾਡੇ ਨਾਲ ਹੀ ਜਿਹੜਾ ਹੈ ਇਹ ਤੁਹਾਡੇ ذریعے ਜਿਹੜੀ ਇਹਨਾਂ ਦੀ ਆਵਾਜ਼ ਹੈ ਜਿਹੜੀ ਸਰਕਾਰ ਦੇ ਮੰਤਰੀਆਂ ਸੰਤਰੀਆਂ ਤੱਕ ਅੱਗੇ ਪਹੁੰਚ ਸਕਣੀ ਆ ਜਸਹਰ ਜੀ ਤੁਸੀਂ ਪੰਥਕ ਰਾਜਨੀਤੀ ਨਾਲ ਵੀ ਜੁੜੇ ਰਹੇ ਹੋ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਕਾਫੀ ਦੇਰ ਤੱਕ ਜੁੜੇ ਰਹੇ ਹੋ ਤੁਸੀਂ ਜੇ ਆਪਾਂ ਸਿੱਖ ਰਾਜਨੀਤੀ ਦੀ ਗੱਲ ਕਰੀਏ ਅੱਜ ਜੇ ਆਪਾਂ ਪੂਰੀ ਦੁਨੀਆ ਦੀ ਗੱਲ ਕਰੀਏ ਤਾਂ ਪੂਰੇ ਬਿਸ਼ਪ ਦੇ ਵਿੱਚ ਸਿੱਖ ਨੇ ਜਿਹੜੇ ਉਸ 14 ਤੇ ਬੈਠੇ ਨੇ ਆਏ ਹੋ ਸੱਜਣ ਸਿੰਘ ਜੀ ਹੋਣ ਜਾਂ ਜਗਮੀਰ ਸਿੰਘ ਜੀ ਹੋਣ ਜਾਂ ਹੋਰ ਬਹੁਤ ਸਾਰੇ ਜਿਹੜੇ ਸਿੱਖ ਨੇ ਉਹ 14 ਦਾ ਆਨੰਦ ਮਾਣ ਰਹੇ ਨੇ ਤੇ ਜਿਹੜੇ ਦੂਜੇ ਵਿਦੇਸ਼ ਵਿਦੇਸ਼ੀ ਕੰਟਰੀ ਨੇ ਜਿਹੜੀਆਂ ਵੱਡੀਆਂ ਵੱਡੀਆਂ ਦੇਸ਼ ਨੇ ਜਿਹੜੇ ਜਿਹੜੇ ਵੱਡੇ ਆਪਣੇ ਆਪ ਨੂੰ ਧੜਾੜ ਕਹੋਂਦੇ ਨੇ ਉੱਥੇ ਪੂਰੀ ਪੈਠਿਆ ਸਿੱਖਾਂ ਦੀ ਪਰ ਜਦ ਪੰਜਾਬ ਦੀ ਗੱਲ ਕਰੀਏ ਜਿਹੜਾ ਸਿੱਖੀ ਦਾ ਧੁਰਾ ਆ ਤੇ ਉੱਥੇ ਸਿੱਖਾਂ ਦੇ ਰਾਜਨੀਤੀ ਵਿੱਚ ਕਿੰਨਾ ਯੋਗਦਾਨ ਹੈ ਨਾ ਘਟਦਾ ਕਿਉਂ ਜਾ ਰਿਹਾ ਇਹਦੇ ਬਾਰੇ ਕੀ ਵਿਚਾਰਨ ਇਸ ਬਾਰੇ ਮੇਰੇ ਵਿਚਾਰ ਖਾਸ ਕਰਕੇ ਨੇ ਵੀ ਜਿਹੜਾ ਇੱਥੇ ਐਸਜੀਪੀਸੀ ਤੇ ਕਬਜ਼ਾ ਉਹ ਇੱਕ ਧਿਰ ਦਾ ਹੈ ਇਸ ਲਈ 70 ਸਾਲਾਂ ਤੋਂ ਹੀ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਦਾ ਇੱਕ ਧਿਰ ਦਾ ਕਬਜ਼ਾ ਹੈ ਉਹ ਇਹਨੂੰ ਨਿੱਜੀ ਤੌਰ ਤੇ ਵਰਤ ਰਹੀ ਹੈ ਉਹ ਲੋੜਵੰਦਾਂ ਤੱਕ ਜਿੱਥੇ ਤੱਕ ਗੁਰੂ ਦੀ ਗੋਲ ਗੋਲਕ ਗਰੀਬ ਦੇ ਮੂੰਹ ਤੱਕ ਇਹ ਪਹੁੰਚ ਨਹੀਂ ਰਿਹਾ ਇਹ ਵੀ ਜਿਹੜੀ ਮੈਂ ਗੱਲ ਕਰਕੇ ਹਟਿਆ ਪਿੱਛੇ ਵੀ ਇਹ ਵੀ ਆਪਣੇ ਬੰਦਿਆਂ ਨੂੰ ਦੇ ਰਹੇ ਨੇ ਜਿਹੜਾ ਬਲਡ ਪੱਧਰ ਤੇ ਸਿੱਖਾਂ ਦਾ ਨਾਂ ਹੋਇਆ ਉਹ ਗੁਰੂ ਨਾਨਕ ਦੇਵ ਜੀ ਉਹ ਲੈ ਕੇ ਜੋ 10ਵੇਂ ਪਾਸਾ ਤੱਕ ਗੁਰੂਆਂ ਨੇ ਆਪਣੀ ਸੇਵਾ ਨਿਭਾਈ ਹੈ ਉਸ ਨੂੰ ਪੂਰਨ ਤੌਰ ਤੇ ਮੰਨ ਰਹੇ ਨੇ ਅੱਜ ਜਿਹੜਾ ਸਾਡਾ ਝੰਡਾ ਹੈ ਉਹ ਅਮਰੀਕਾ ਦੇ ਝੰਡੇ ਦੇ ਬਰਾਬਰ ਲੱਗਿਆ ਹੋਇਆ ਇਸ ਕਰਕੇ ਲੱਗਿਆ ਹੋਇਆ ਹੈ ਵੀ ਉਹ ਸਾਨੂੰ ਪਛਾਣਗੇ ਵੀ ਸਿੱਖ ਜੋ ਕਰੋਨਾ ਮਹਾਮਾਰੀ ਦਾ ਜੋ ਇਸ ਟਾਈਮ ਤੇ ਸਮਾਂ ਹੈ ਉਹਦੇ ਵਿੱਚ ਅਸੀਂ ਬਿਨਾਂ ਡਿੱਡਰ ਹੋ ਕੇ ਬਿਨਾਂ ਡਰ ਤੋਂ ਇਹ ਲੜਾਈ ਲੜ ਰਹੇ ਹਾਂ ਅਸੀਂ ਘਰ ਘਰ ਤੱਕ ਰਾਸ਼ਨ ਪਹੁੰਚਾ ਰਹੇ ਹਾਂ ਬਲਡ ਪੱਧਰ ਤੱਕ ਆ ਪਿੱਛੇ ਜੇ ਲੱਗਿਆ ਸੀਗਾ ਆਪਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਦਿੱਲੀ ਦੀ ਹੈ ਉਹਦੇ ਵਿੱਚ ਬੰਗਲਾ ਸਾਹਿਬ ਦੇ ਵਿੱਚ ਕੱਲੇ ਦੇ ਵਿੱਚ ਜਿਹੜਾ ਰਾਸ਼ਨ ਹੈ 16 ਲੱਖ ਰੁਪਏ ਦਾ ਡੇਲੀ ਜਿਹੜਾ ਵੰਡਿਆ ਜਾਂਦਾ ਲੋੜਵੰਦਾਂ ਨੂੰ ਇਹ ਬਹੁਤ ਵੱਡੀ ਗੱਲ ਹੈ ਤਕਰੀਬਨ ਅੱਜ ਪੂਰੇ 월ਡ ਦੇ ਵਿੱਚ ਸਿੱਖ ਨੇ ਜੋ ਰਾਸ਼ਨ ਜਗਾ ਜਗਾ ਪਚਾਰ ਰਹੇ ਨੇ ਪਿੱਛੇ ਜੇ ਬਿਆਨ ਆਇਆ ਸੀਗਾ ਆਪਣੇ ਆਪਣੇ ਕਈ ਮਤਲਬ ਬਾਹਰਲੇ ਮੰਤਰੀਆਂ ਦੇ ਬਿਆਨ ਆਉਂਦੇ ਨੇ ਵੀ ਜੇਕਰ ਸਾਡੇ ਕੋਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ ਕਿਸੇ ਰਾਸ਼ਨ ਪਾਣੀ ਦੇ ਉਸ ਵਿੱਚ ਉਹ ਗੁਰਦੁਆਰਿਆਂ ਵੱਲ ਨੂੰ ਮੂੰਹ ਕਰਨਾ ਉਹ ਗੁਰਦੁਆਰਿਆਂ ਨੂੰ ਬਹੁਤ ਸਤਿਕਾਰ ਦਿੱਤਾ ਜਾ ਰਿਹਾ ਹੈ ਬਾਹਰ ਸਿੱਖਾਂ ਨੂੰ ਸਤਿਕਾਰ ਮਿਲ ਰਿਹਾ ਹੈ ਇਹਹੀ ਕਾਰਨ ਹੈ ਵੀ ਜਿਹੜੀ ਗੁਰੂ ਸਾਹਿਬ ਨੇ ਸਾਡਾ 20 ਰੁਪਏ ਦਾ ਲੰਗਰ ਚਲਾਇਆ ਸੀ ਉਹ ਅੱਜ ਉਹ ਥਿਓਰੀ ਹੈ ਜਿਹੜੀ ਪੂਰੀ ਤਰ੍ਹਾਂ ਪੂਰੇ ਵਰਲਡ ਦੇ ਵਿੱਚ ਲਾਗੂ ਹੋ ਚੁੱਕੀ ਹੈ ਇਸ ਕਰਕੇ ਸਾਡੇ ਜਿਹੜਾ ਅਸੀਂ ਪੰਜਾਬ ਦੇ ਵਿੱਚ ਸਾਡਾ ਧੁਰਾ ਧੁਰੇ ਦੀ ਮੈਂ ਗੱਲ ਦੱਸੀ ਹੈ ਮੈਂ ਜ਼ਿਆਦਾ ਇੱਥੇ ਕੋਈ ਸਿਆਸੀ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਮਾਂ ਜਿਹੜਾ ਕਾਠਣ ਦਾ ਹੈ ਮੈਂ ਬੇਨਤੀ ਕਰਦਾ ਵੀ ਇੱਥੇ ਵੀ ਉਸੇ ਤਰ੍ਹਾਂ ਊਚ ਨੀਚ ਦੀ ਭਾਵਨਾ ਨੂੰ ਛੱਡ ਕੇ ਜਿਹੜਾ ਸਾਰਿਆਂ ਨੂੰ ਐਸਜੀਪੀਸੀ ਵੱਲੋਂ ਜਿਹੜਾ ਹਰ ਸਹਿਤਾ ਦਿੱਤੀ ਜਾਵੇ ਇੰਨਾ ਹੀ ਮੈਂ ਕਹਿੰਦਾ ਹੋਇਆ ਧੰਨਵਾਦ ਜੀ